ਨਮਸਕਾਰ, ਤੁਸੀਂ ਦੇਖ ਰਹੇ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਸ਼ੰਕਰ ਮਿਸ਼ਰਾ। ਇਸ ਵੇਲੇ ਦੀ ਵੱਡੀ ਖਬਰ ਤਾਂ ਦੱਸ ਰਹੇ ਹਾਂ ਕਿ ਗੈਂਗਸਟਰ ਰਮਨਜੀਤ ਸਿੰਘ ਉਰਫ ਰੋਮੀ, ਉਸ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਸਖਤ ਸੁਰੱਖਿਆ ਦੇ ਪ੍ਰਬੰਧ ਦੇ ਨਾਲ ਪੰਜਾਬ ਲਈ ਰਵਾਨਾ ਹੋ ਚੁੱਕੀ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਏਅਰਪੋਰਟ ਤੇ ਜਿੱਥੇ ਦਿੱਲੀ ਏਅਰਪੋਰਟ ਤੇ ਪਹੁੰਚੀ ਸੀ, ਜਿਸ ਤੋਂ ਬਾਅਦ ਕੇਂਦਰ ਏਜੰਸੀ ਰੰਗਲਾ ਪੰਜਾਬ 'ਚ ਬਣਾਉਣਾ, ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ 'ਤੇ ਬਰਡਨ ਬਹੁਤ ਘੱਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ, ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ, ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਜ਼ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਅਤੇ ਜੀ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲਿੱਤੀ ਜੀ, ਟੈਸਟ ਫ੍ਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ, ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ, ਸਫਾਈ ਹੈ, ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ, ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ, ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ, ਔਰ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਤੁਹਾਡੇ 'ਤੇ, ਮੇਰਾ ਫਰਜ਼ ਹੈ ਜੀ। ਵੱਲੋਂ ਉਸਦੇ ਨਾਲ 4 ਘੰਟੇ ਜਿਹੜੀ ਹੈ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਹੋਰ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ, ਵੱਡੇ ਮੁਲਾਜ਼ਮ, ਉਸ ਨੂੰ ਸੁਰੱਖਿਅਤ ਜਿਹੜੇ ਨੇ ਸੁਰੱਖਿਆ ਦੇ ਪ੍ਰਬੰਧਾਂ ਦੇ ਨਾਲ ਹੁਣ ਪੰਜਾਬ ਲਈ ਰਵਾਨਾ ਹੋ ਚੁੱਕੀ ਹੈ, ਤੇ ਹੁਣ ਕੁਝ ਹੀ ਘੰਟਿਆਂ ਬਾਅਦ ਜਿਹੜੀ ਹੈ ਪਟਿਆਲਾ ਪਹੁੰਚ ਜਾਵੇਗੀ, ਜਿੱਥੇ ਉਸਦੇ ਹੋਸਪਿਟਲ ਦੇ ਵਿੱਚ ਜਿਹੜੇ ਨੇ ਉਸਦੇ ਮੈਡੀਕਲ ਕਰਵਾਇਆ ਜਾਵੇਗਾ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਏਅਰਪੋਰਟ ਲਈ ਪੰਜਾਬ ਦੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਲੈ ਕੇ ਰਵਾਨਾ ਹੋ ਚੁੱਕੇ ਨੇ। ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਅਮਨ ਦਿੱਲੀ ਤੋਂ ਜੁੜ ਚੁੱਕੇ ਨੇ। ਜੀ ਅਮਨ, ਜਿਹੜੇ ਹੁਣ ਗੈਂਗਸਟਰ ਜਿਹੜਾ ਹੈ ਰੋਮੀ, ਉਸ ਨੂੰ ਜਿਹੜੀ ਪੰਜਾਬ ਪੁਲਿਸ ਲੈ ਕੇ ਰਵਾਨਾ ਹੋ ਗਈ ਹੈ। ਬਿਲਕੁਲ, ਜਿਸ ਤਰੀਕੇ ਸੇ ਆਜ ਜੋ ਪੰਜਾਬ ਪੁਲਿਸ ਹੈ ਵੋ ਹਾਂਗਕਾਂਗ ਸੇ ਦਿੱਲੀ ਲੇਕਰ ਪਹੁੰਚੀ ਰਮਨਜੀਤ ਕੋ, ਰੋਮੀ ਕੋ, ਉਸਕੇ ਬਾਅਦ ਕਰੀਬ ਜੋ ਸਮੇਂ ਥਾ ਦਿੱਲੀ ਪਹੁੰਚਨੇ ਕਾ ਵੋ 4:30 ਵਜੇ ਕਾ ਥਾ, ਲੇਕਿਨ ਕਰੀਬ 5 ਘੰਟੇ ਰੋਮੀ ਕੋ ਅੰਦਰ ਏਅਰਪੋਰਟ ਪਰ ਬਿਠਾ ਕਰ ਉਸਕੀ ਜਾਂਚ ਕੀ ਗਈ। ਕਈ ਤਮਾਮ ਏਜੰਸੀਆਂ ਜੋ ਜਾਣਕਾਰੀ ਹਮੇ ਮਿਲੀ, ਤਮਾਮ ਏਜੰਸੀਆਂ ਜੋ ਦਿੱਲੀ ਸੇ ਵੋ ਅੰਦਰ ਪਹੁੰਚੀ ਏਅਰਪੋਰਟ ਪਰ, ਵਹਾਂ ਉਨਸੇ ਰੋਮੀ ਸੇ ਜੋ ਜਾਣਕਾਰੀ ਲੀ ਗਈ ਕਿ ਕਿਸ ਤਰੀਕੇ ਸੇ ਵੋ ਏਅਰਪੋਰਟ ਸੇ ਹਾਂਗਕਾਂਗ ਕੀ ਤਰਫ ਗਿਆ, ਕਿਆ ਕਿਆ ਕਿਨ ਕਿਨ ਨੇ ਉਸਕੀ ਸਹਾਇਤਾ ਕੀ, ਔਰ ਕਈ ਜੋ ਜਾਣਕਾਰੀਆਂ ਉਨ੍ਹੋਂਨੇ ਏਜੰਸੀਆਂ ਨੇ ਆਪਣੇ ਪਾਸ ਰੱਖੀ। ਉਸਕੇ ਬਾਅਦ ਅਬ ਕਰੀਬ 9:01 ਪਰ ਪੰਜਾਬ ਪੁਲਿਸ ਜੋ ਹੈ ਰੋਮੀ ਕੋ ਲੈ ਕੇ ਪਟਿਆਲਾ ਕੇ ਲਈ ਦਿੱਲੀ ਏਅਰਪੋਰਟ ਸੇ ਰਵਾਨਾ ਹੋ ਚੁੱਕੀ ਹੈ। ਤੋ ਕਰੀਬ 5.5 ਘੰਟੇ ਏਅਰਪੋਰਟ ਪਰ ਹੀ ਬਿਠਾ ਕੇ ਰੱਖਾ, ਉਸਕੇ ਬਾਅਦ ਅਬ ਪਟਿਆਲਾ ਕੇ ਲਈ ਲੈ ਕੇ ਰਵਾਨਾ ਹੋ ਚੁੱਕੀ ਹੈ। ਕੱਲ ਪਟਿਆਲਾ ਕੋਰਟ ਮੇ ਰੋਮੀ ਕੋ ਪੇਸ਼ ਕੀਆ ਜਾਏਗਾ, ਜਿਸਕੇ ਬਾਅਦ ਜੋ ਆਗੇ ਕੀ ਜੋ ਕਾਰਵਾਈ ਹੈ ਜੋ ਜਾਂਚ ਸ਼ੁਰੂ ਕੀ ਜਾਏਗੀ। ਤਾਂ ਜਿਹੜੇ ਕੇਂਦਰ ਏਜੰਸੀਆਂ ਵੱਲੋਂ ਜਿਹੜੇ ਪੁੱਛਗਿੱਛ ਕੀਤੀ ਗਈ ਹੈ, ਉਸ ਵਿੱਚ ਹਾਲੇ ਜਿਹੜੇ ਕੇਂਦਰ ਏਜੰਸੀਆਂ ਵੱਲੋਂ ਵੀ ਕੋਈ ਬਿਆਨ ਸਾਹਮਣੇ ਆਇਆ ਹੋਵੇ ਕਿ ਆਖਿਰਕਾਰ ਕੀ ਪੁੱਛਗਿੱਛ ਕੀਤੀ ਹੋਈ, 5 ਘੰਟੇ ਜਿਹੜੇ ਪੁੱਛਗਿੱਛ, ਕਾਫੀ ਲੰਬਾ ਸਮਾਂ ਜਿਹੜਾ ਹੈ ਉਹਨਾਂ ਵੱਲੋਂ ਪੁੱਛਗਿੱਛ ਕੀਤੀ ਗਈ ਹੈ। ਦੇਖਿਏ, ਬਿਲਕੁਲ ਜੋ ਜਾਣਕਾਰੀ ਆਈ ਸੀ ਕਿ IB ਔਰ ਤਮਾਮ ਸੁਰੱਖਿਆ ਏਜੰਸੀਆਂ ਉਹ ਯਹਾਂ ਪਰ ਪਹੁੰਚੀ, ਔਰ ਜੋ ਇਮੀਗ੍ਰੇਸ਼ਨ ਤੱਕ ਕੋ ਯਹਾਂ ਪਰ ਜੋ ਹੈ ਜਾਂਚਾ ਪਰਖਾ ਗਿਆ ਕਿ ਕਿਸ ਤਰੀਕੇ ਸੇ ਰੋਮੀ ਜੋ ਹੈ
वो दिल्ली जो एयरपोर्ट से हांगकांग के लिए भागा था वो किस किस लोगों ने उसकी सहायता की थी, हालांकि जो जो जेल से भागने में रोमी ने किन किन लोगों का साथ दिया था और किस तरीके से जो आरोपियों को वहां से उन्होंने फरार करवाया था वो सारी जानकारियां जुटाई गई और अभी जो है तमाम जानकारियां पंजाब पुलिस कल पटियाला कोर्ट में पेश करने के बाद वहां से जुटानी शुरू कर देगी। तो जानकारी लिए धन्यवाद अमन। तुम दस दईए कि गुरु रम जो रोमी नूं हुण जिहड़ा गैंगस्टर जिहड़ा नाभा दा जिहड़ा नाभा जेल मास्टर माइंड जिहड़ा है उसनूं हुण दिल्ली एयरपोर्ट तों पंजाब लिया जाया जा रहा है, तो जिते उसकी कल पटियाला कोर्ट के विच पेशी होवेगी। तो तुहानूं तस्वीर दिखा रहे हैं एयरपोर्ट की जिते केंद्र एजेंसियां वल्लों 4 to 5 hours लगातार पुछगिछ की गई है, जिस विच कई सवाल जिहड़े ने उस गैंगस्टर तो जिहड़े ने रमनजीत सिंह उस तो पुछया गया है कि आखिरकार जिहड़े नाभा जेल ब्रेक किया सी उस दे विच किहड़े किहड़े व्यक्ति जिहड़े ने उस दे नाल शामिल सी, आखिरकार है पूरा प्लैन किदा बनाया गया, तो उसकी जिहड़ी है जो हांगकांग भज्या तो उसकी किन्हां लोगों ने मदद की सी, अजिहे जिहड़े कई सवाल जिहड़े ने वो रमनजीत सिंह तो केंद्र एजेंसी कई केंद्र एजेंसियां जिहड़े ने उस दे वल्लों पुछे गए ने। घट्टो घट 4 to 5 hours जिहड़े ने लगातार एयरपोर्ट ते ही रमनजीत सिंह जिहड़े रोमी है गैंगस्टर है उस दे नाल पुछगिछ की गई है, जिस तों बाद हुण पंजाब लई जिहड़े ने दिल्ली पंजाब दे वड्डे अधिकारी जिहड़े ने उह हुण रवाना हो चुके ने, हुण कुछ ही घंटिआं दे विच पंजाब लई पंजाब भी पहुँच जाणगे, जिस तों बाद पंजाब दे विच पटियाला दे विच पटियाला भी तुहानूं दस रहे कि पटियाला दे विच उहनां दा उसका मैडिकल करवाया जाएगा देखिया जाएगा, मैडिकल करवाण तो बाद कल जिहड़ी है पटियाला दे कोर्ट दे विच उसकी पेशी होगी। तस्वीरां तुहानूं एक्सकलूसिव दिखा रहे हैं दैनिक सवेरा ते, जिथे तस्वीरों में तुम देख सकते हो कई गड्डियां जिहड़ियां ने सुरक्षा के पुख्ता प्रबंध जिहड़े ने किए गए हैं, क्योंकि बाय रोड जिहड़ा है इस गैंगस्टर नूं पंजाब ले जाया जा रहा। तस्वीरां विच तुसीं देख सकते हो कि काफ़ी जिहड़े सुरक्षा दे काफ़ी वड्डे जिहड़े ने ते पुख्ता प्रबंध किए हुए ने, कई वड्डे अधिकारी जिहड़े ने उह इस गैंगस्टर दे नाल ने। तां लगातार तुहानूं दैनिक सवेरा ते तस्वीरां दिखा रहे हैं जिथे नाभा जेल ब्रेक दे मास्टर माइंड रमनजीत सिंह उर्फ रोमी जो हांगकांग दे विच सीगा, हांगकांग दे पुलिस ने 2018 दे विच इस नूं गिरफ़्तार किया सी, जिस तों बाद लगातार 6 years लगे जदों पंजाब पुलिस ते केंद्र सरकार वल्लों लगातार इस दे कोर्ट दी जिहड़ी कोर्ट दे विच मामला चल रहा सी कि इस नूं भारत भेजा जावे, भारत दे विच इंडिया दे विच कई जिहड़े ने इस ते मामले दर्ज ने ते इस तों पुछगिछ जिहड़ी है कीती जाणी। तस्वीरां तुहानूं दिखा रहे हैं जिथे गैंगस्टर रोमी ते कई पुलिस अधिकारी जिहड़े ने एयरपोर्ट ते मौजूद ने, तां हुण पंजाब लई रवाना हो चुके ने। तस्वीरां जिहड़ियां ने तुहानूं दिखा रहे हैं जिथे पंजाब लई रवाना हो चुके ने गैंगस्टर रोमी, हुण जल्द ही जिहड़े ने पंजाब दे विच होवेगा, पंजाब दे विच उहते कई मामलों ते उसकी पेशी होवेगी, क्योंकि उसने नाभा जेल ब्रेक करा के 2 जिहड़े ने अत्तवादी ते 4 जिहड़े ने वड्डे मुलजम उहनां नूं नाभा जेल दे तोड़ के ब्रेक करवा के उस नूं जिहड़ा है फरार करवाया। तस्वीरां तुहानूं दिखा रहे हैं दिल्ली एयरपोर्ट दी, तो 5 hours तो पुछगिछ तो बाद केंद्र एजेंसियां ने 5 hours पुछगिछ किए गए ने, आखिरकार कई मामले जिहड़े ने कई मामले इस गैंगस्टर ते दर्ज ने, जिस दे विच सब तो वड्डा मामला जिहड़ा है नाभा जेल दा है, जिस दे विच ओह ब्रेक ओह मास्टर माइंड है, काफ़ी जिहड़े ने चीज़ां इस दे विच निकल के सामने आउणगियां, क्योंकि आखिरकार एक जेल ब्रेक होया जिस दे विच कई जिहड़े ने नकली पुलिस मुलाजम जिहड़े ने पुलिस जेल दे बाहर खड़े सी, जिस दे विच 6 जिहड़े ने गैंगस्टर पजाए गए सी, जिस दे विच 2 अत्तवादी भी शामिल सी। तां इस पूरी
ਘਟਨਾ ਨੂੰ ਲੈ ਕੇ ਕੀ ਪੁੱਛਗਿੱਛ ਕੀਤੀ ਗਈ ਹੈ, ਕੀ ਇਸ ਦੇ ਵਿੱਚ ਪੁੱਛਗਿੱਛ ਦੌਰਾਨ 5 ਘੰਟਿਆਂ 'ਚ ਰਹੀ ਹੈ, ਇਹ ਸਾਰਿਆਂ ਨੂੰ ਲੈ ਕੇ AGTF ਦੇ ਜਿਹੜੇ ਨੇ AIG ਗੁਰਮੀਤ ਚੌਹਾਨ ਉਹਨਾਂ ਵੱਲੋਂ ਗੁਰਮੀਤ ਸਿੰਘ ਵੱਲੋਂ ਕੀ ਕਿਹਾ ਗਿਆ ਇਸ ਮਾਮਲੇ ਨੂੰ ਲੈ ਕੇ, ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। आप सबको पता ही है 2016 में नवंबर में एक जेल ब्रेक हुई थी नाभा में, उसमें 6 लोग जेल से कस्टडी से भाग गए थे, उनमें 2 खालिस्तान लिबरेशन फ्रंट के टेररिस्ट थे और 4 गैंगस्टर थे। तो उसकी इन्वेस्टिगेशन में रमनजीत रोमी जो है, जो हांगकांग बेस्ड था, इसका काफी इंपॉर्टेंट रोल निकला था। तो ही वाज वन ऑफ द मेन कॉन्स्पिरेटर्स और इसका प्लानर था, जिसकी वजह से ये सारी जेल ब्रेक एग्जीक्यूट हुई थी। तो तब से इसके पीछे हम लगे हुए थे और इसकी रेड कॉर्नर नोटिस इंटरपोल के थ्रू जारी करवाया था। फिर इसको हांगकांग की अथॉरिटीज ने डिटेन किया। हमारी एक्सट्रेडिशन रिक्वेस्ट जो म्यूचुअल लीगल असिस्टेंस ट्रीटी हमारी हांगकांग के साथ है, तो वहां के डिपार्टमेंट ऑफ जस्टिस के थ्रू इसका केस परस्यू किया गया और उसकी वजह से जो कोर्ट्स ने हमारी एविडेंस को देखते हुए इसको एक्सट्रेडाइट करने की परमिशन दे दी। ਜਿਹੜੀਆਂ ਫੋਰਨ ਗਵਰਨਮੈਂਟਸ ਹੁੰਦੀਆਂ ਨੇ ਉਹਨਾਂ ਦੇ ਰੂਲਸ ਤੇ ਰੈਗੂਲੇਸ਼ਨਸ, ਉਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਸੈਟਿਸਫਾਈ ਕਰਨਾ ਇੱਕ ਕਾਫੀ ਵੱਡਾ ਚੈਲੰਜ ਹੁੰਦਾ, ਜਿਹੜਾ ਕਿ ਪੰਜਾਬ ਪੁਲਿਸ ਨੇ ਵਿਦ ਦੀ ਹੈਲਪ ਆਫ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਾਫੀ ਮਿਹਨਤ ਨਾਲ ਜਿਹੜਾ ਹੈਗਾ ਉਹਨੂੰ ਪਰਸਿਊ ਕਰਕੇ ਉਹਨਾਂ ਨੂੰ ਸੈਟਿਸਫਾਈ ਕੀਤਾ ਤੇ ਜਿਹੜਾ ਆਪਾਂ ਨੂੰ ਐਕਸਟ੍ਰੈਡੀਸ਼ਨ ਦੀ ਪਰਮਿਸ਼ਨ ਮਿਲੀ। ਦੇਖੋ ਸਾਡਾ ਤਾਂ ਇੱਕੋ ਹੀ ਮੈਸੇਜ ਹੈ, ਪੰਜਾਬ ਪੁਲਿਸ ਆਪਣੇ ਜਿਹੜੇ ਵੀ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ ਹਰ ਸੰਭਵ ਕੋਸ਼ਿਸ਼ ਕਰੀ ਜਾ ਰਹੀ ਹੈ, ਚਾਹੇ ਉਹ ਜਿੱਥੇ ਮਰਜ਼ੀ ਬੈਠੇ ਹੋਣ। ਕਾਨੂੰਨ ਦਾ ਹੱਥ ਕਾਫੀ ਲੰਬੇ ਨੇ, ਉਹਨਾਂ ਨੂੰ ਅਸੀਂ ਉੱਥੋਂ ਤੱਕ ਜਿਹੜੀਆਂ ਵੀ ਕੰਟਰੀ 'ਚ ਬੈਠੇ ਨੇ ਉੱਥੋਂ ਉਹਨਾਂ ਨੂੰ ਲੀਗਲ ਤਰੀਕੇ ਨਾਲ ਉਹਨਾਂ ਨੂੰ ਅਸੀਂ ਲੈ ਕੇ ਆਵਾਂਗੇ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।